ਕੀ ਲੈਣਾ ਮੈਨੂੰ ਦੱਸੋ, ਮੈਂ ਤੁਹਾਨੂੰ ਰੱਖੀ ਸਾਰੀ ਡਿਟੇਲ ਦਿੱਤੀ ਸੀ। ਸਿਲੰਡਰ ਭਾਈ ਜੀ, ਸਿਲੰਡਰ। ਸਿਲੰਡਰ ਤੁਸੀਂ ਕਿਹੜੇ ਵਾਲਾ ਲੈਣਾ ਸਾਈਜ਼? 47 ਲੀਟਰ ਵਾਲਾ ਜੀ। 47 ਲੀਟਰ ਵਾਲੇ ਦੀ ਡਿਟੇਲ ਮੈਂ ਤੁਹਾਨੂੰ ਦੱਸਦੀ ਸਾਰੀ। 33,000 ਗਿਆ ਸੀ। ਹਾਂ, ਜੇ ਬਿੱਲ ਲੈਣਾ ਤੇ 33,000 ਸਮਥਿੰਗ ਬਣਦਾ ਹੈ, ਬਿੱਲ ਨਹੀਂ ਲੈਣਾ ਤੇ ਟੈਕਸ ਉੱਚ ਮਾਈਨਸ ਹੋ ਜਾਂਦਾ। ਉਹ ਜੋ ਵੀ ਬੰਦਾ 2500 ਬੰਦਾ ਕਿ 2500 ਬੰਦਾ ਦੇਖ ਲਾ। ਹਾਂ, ਕੱਲ ਕੁੜੀ ਨੇ ਗੱਲ, ਹਾਂਜੀ ਕੱਲ ਕੁੜੀ ਨੇ ਗੱਲ ਕੀਤੀ ਸੀ ਭਾਜੀ, ਕੱਲ ਮੈਂ ਗੱਲ ਨਹੀਂ ਕੀਤੀ ਸੀ ਤੁਹਾਡੇ ਨਾਲ। ਤੇ ਮੈਂ ਇਹ ਜਾਣਨਾ ਚਾਹੁੰਦੀ ਸੀ ਵੀ ਜਿਹੜਾ ਇਹ ਤੁਸੀਂ 33,000 ਰੁਪਇਆ ਕਹਿ ਰਹੇ ਹੋ, ਕਿਉਂਕਿ ਹੋਰ ਵੀ ਮੈਡੀਕਲ ਸਟੋਰਸ ਨਾਲ ਗੱਲ ਹੋਈ ਸੀ ਵੀ ਇੰਨਾ ਮਹਿੰਗਾ ਸਿਲੰਡਰ ਇੱਕ ਆਮ ਗਰੀਬ ਬੰਦਾ ਕਿਵੇਂ ਖਰੀਦ ਲੂ ਭਾਜੀ, ਦੱਸੋ। ਉਹ ਮੈਂ ਐਗਰੀ ਹਾਂ, ਜੋ ਕੰਸੈਂਟਰੇਟਰ ਨੇ ਉਹ ਮੇਰੀ ਗੱਲ ਸੁਣੋ ਨਾ, ਉਹ 65-70 ਹਜ਼ਾਰ ਤੋਂ ਆ ਰਹੀ ਹੈ। ਹੁਣ ਬਿਮਾਰੀ ਤਾਂ ਗਰੀਬ ਅਮੀਰ ਨਹੀਂ ਦੇਖ ਰਹੀ ਨਾ। ਨਹੀਂ ਪਰ ਰੇਟ ਰੇਟ ਦੇਖੋ ਮੇਰੇ, ਸਾਡੇ ਕੋਲ ਇਹੋ ਜਿਹੇ ਅਸੀਂ ਬਾਹਰ ਅੰਦਰ ਬੰਦੇ ਵੇਖ ਰਹੇ ਹਾਂ ਜਿਹੜੇ ਕਹਿ ਰਹੇ ਕਿ ਆਕਸੀਜਨ ਜਿਹਦੀ ਜੇਬ 'ਚ 5,000 ਰੁਪਈਏ ਹੈ ਨਹੀਂ ਤਾਂ ਉਹਨਾਂ ਦੇ ਘਰ ਦਾ ਬੰਦਾ ਮਰ ਗਿਆ, ਸਿਰਫ ਆਕਸੀਜਨ ਨਹੀਂ ਮਿਲ ਸਕੀ ਕਿਉਂਕਿ ਹਸਪਤਾਲਾਂ ਦੇ ਵਿੱਚ ਬੈੱਡ ਹੈ ਨਹੀਂ। ਤੇ ਪਿੱਛੋਂ ਰੇਟ ਕਿੰਨਾ ਬਾਈ ਜੀ, ਪਿੱਛੋਂ ਸਿਲੰਡਰ ਦਾ ਰੇਟ ਕਿੰਨਾ ਆ ਰਿਹਾ? 20,000 ਰੁਪਈਏ ਦਾ ਖਾਲੀ ਸਿਲੰਡਰ ਮਿਲਦਾ। ਨਹੀਂ ਅਸੀਂ ਹੁਣ ਜਿੱਦਾਂ ਤੁਹਾਡੇ ਨਾਲ, ਤੁਹਾਡੇ ਤੋਂ ਬਿਨਾਂ ਅਸੀਂ 3-4 ਫਾਰਮੈਸੀ ਤੇ ਹੋਰ ਵੀ ਗੱਲ ਕੀਤੀ ਸੀ, ਉਹਨਾਂ ਦਾ ਕਹਿਣਾ ਸੀਗਾ ਕਿ ਸਾਨੂੰ 10,000 ਦਾ ਪੈ ਜਾਂਦਾ ਹਨਾ, ਅਸੀਂ 15,000 ਦਾ 47 ਲੀਟਰ ਵਾਲਾ ਭਾਜੀ ਤੁਹਾਡੇ ਕੋਲ, ਤੁਸੀਂ ਤੁਸੀਂ ਭਾਜੀ ਕਿੱਥੋਂ ਖਰੀਦਦੇ ਹੋ? ਪਰ ਭਾਜੀ ਗੱਲ ਇਹ ਆ ਵੀ ਇੰਨਾ ਮਹਿੰਗਾ ਵੇਚਣਾ, ਕੋਈ ਕੈਪਿੰਗ ਤਾਂ ਹੋਣੀ ਨਾ, ਇਲੀਗਲ ਆ ਇਹ। ਤੁਸੀਂ ਗੱਲ ਕੀਤੀ ਸਿਲੰਡਰ, ਮੈਂ ਤੁਹਾਨੂੰ ਆਖਿਆ ਵੀ ਪਿੱਛੋਂ ਸਿਲੰਡਰ ਸਾਨੂੰ ਹੁਣ 20,000 ਨੂੰ ਮਿਲਦਾ, ਠੀਕ ਹੈ? ਹਾਂਜੀ, ਮੈਂ ਤੁਹਾਨੂੰ ਕੀ ਰੇਟ ਦਿੱਤਾ? ਤੁਸੀਂ ਕਹਿ ਰਹੇ ਸੀ 33,000 ਦਾ ਵਿਦ ਟੈਕਸ, 33,000 ਰੁਪਏ ਦਾ ਵਿਦ ਸਾਰਾ ਕੁਝ ਪਾ ਕੇ, ਵਿਦ ਗੈਸ, ਵਿਦ ਪਾਈਪ ਮਾਸ, ਵਿਦ ਰੈਗੂਲੇਟਰ, ਸਾਰਾ ਕੁਝ ਪਾ ਉਹ ਬਾਈ ਜੀ ਸਾਰਾ 2,000-2,500 ਦਾ ਸਮਾਨ ਹੈ ਜਿਹੜਾ ਤੁਸੀਂ ਕਹਿ ਰਹੇ ਹੋ। ਨਹੀਂ ਪਤਾ ਕੀ ਆ ਬਾਈ ਜੀ, ਗੱਲ ਇਹ ਆ ਵੀ ਪਤਾ ਕੀ, ਅਸੀਂ ਫਰਸਟ੍ਰੇਟ ਹੋਏ ਪਏ ਆ ਬਾਈ ਜੀ, ਅਸੀਂ ਫਰਸਟ੍ਰੇਟ ਇਸ ਗੱਲੋਂ ਹੋਏ ਪਏ ਆ ਵੀ ਇੰਨਾ ਮਹਿੰਗਾ ਤੇ ਕਿੱਦਾਂ ਖਰੀਦੀਏ ਤੇ ਇਸ ਤਰੀਕੇ ਇੰਨਾ ਮਹਿੰਗਾ ਰੇਟ ਲਾ ਕੇ। ਦਸ ਲੀਟਰ ਵਾਲਾ 15,000-12,000 ਨੂੰ ਕਿੱਦਾਂ ਕਰ ਜੂਗਾ ਯਾਰ? ਇੱਕ ਬਾਈ ਜੀ ਜਿੱਦਾਂ ਚਲੋ ਡਾਕਟਰ ਵੱਲੋਂ ਮਨਾ ਕੀਤਾ ਗਿਆ, ਜਿਹਨੂੰ ਅੱਜ ਕੋਈ ਨੀ ਪੁੱਛ ਰਿਹਾ ਉਹ ਵੀ 3100 ਦਾ 7-7 10-10 ਹਜ਼ਾਰ ਚ ਵੇਚ ਰਹੇ ਆ, ਟੋਟਲੀ ਰੋਂਗ। ਹਾਂ ਕੁੜੀ ਨੇ ਕੀਤਾ ਸੀ, ਮੈਂ ਤੁਹਾਡੀ ਭਾਜੀ ਮੇਰੀ ਨਾ ਬੇਨਤੀ ਆ ਵੀ ਇਹ ਇਸ ਟਾਈਮ ਨਾ ਲੋਕ ਮਰ ਰਹੇ ਆ ਤੇ ਇਸ ਟਾਈਮ ਆਪਾਂ ਪੈਸਾ ਨਹੀਂ ਕਮਾਉਣਾ ਹਨਾ, ਆਪਾਂ ਘੱਟ ਤੋਂ ਘੱਟ ਜਿੰਨਾ ਤੁਹਾਨੂੰ ਪਿੱਛੋਂ ਲਾਗਤ ਲੱਗ ਰਹੀ ਆ, ਮੈਂ ਮੰਨਦੀ ਹਾਂ ਵੀ ਕੋਈ ਮਾੜਾ ਮੋਟੀ ਉੱਪਰੋਂ ਜਿੰਨੀ ਸਾਨੂੰ ਸਾਡੇ ਸ਼ੋਰੂਮ ਦਾ ਖਰਚਾ ਖੁਰਚਾ ਕੱਢ ਕੇ ਪੜਤਾ ਪੈਂਦਾ, ਵੈਸੇ ਤਾਂ ਜੇ ਕੋਈ ਸੇਵਾ ਕਰ ਸਕਦਾ ਉਹ ਤਾਂ ਵੱਡੀ ਗੱਲ ਕੋਈ ਨੀ। ਬਿਲਕੁਲ, ਸਾਡੇ ਬਹੁਤ ਸੋਹਣੇ ਵਿਚਾਰ ਨੇ, ਮੇਰੇ ਵੀ ਤੁਹਾਡੇ ਵਰਗੇ ਨੇ। 18% ਹਰ ਆਈਟਮ ਚੋਂ ਸਰਕਾਰ ਲੈ ਰਹੀ ਹੈ, ਜੇ ਤੁਸੀਂ ਕੋਈ 25,000 ਦੀ ਆਈਟਮ ਲੈਣੇ ਹੋ ਤੇ 5,000 ਰੁਪਏ ਸਰਕਾਰ ਆਪਣਾ ਮੰਗਦੀ ਹੈ, ਉਹ ਆਈਟਮ ਆਪਣੇ ਆਪ 30,000 ਦੀ ਹੋ ਰਹੀ ਹੈ। ਨਹੀਂ ਭਾਜੀ ਇਹ ਸਰਕਾਰ ਨਹੀਂ, ਇਹਨੂੰ ਕੈਪਟਨ ਸਰਕਾਰ ਨੂੰ ਇਸ ਗੱਲ ਦਾ ਭਾਜੀ ਇਹ ਨਹੀਂ ਹੈਗਾ, ਕੋਈ ਵੀ ਆਈਟਮ ਜਿਹੜੀ 25,000 ਦੀ ਆਈਟਮ ਹੈ ਸਰਕਾਰ ਕਹਿੰਦੀ ਕਿ ਤੂੰ ਵੇਚਣੀ ਹੈ ਨਾ, 5,000 ਸਾਡੇ ਕੋਲ ਜਮ੍ਹਾਂ ਕਰਾ, ਤੇ ਉਹ 5,000 ਕੌਣ ਦੂਗਾ? ਕਸਟਮਰ। 30,000 ਕਸਟਮਰ ਨੂੰ ਪੈਂਦੀ। ਨਹੀਂ ਭਾਜੀ ਇਹਨਾਂ ਇਹਨਾਂ ਨੇ ਪਿੱਛੇ ਜੇ ਪੰਜਾਬ ਗਵਰਨਮੈਂਟ ਨੇ ਕਾਂਗਰਸੀਆਂ ਨੇ ਇਹਨਾਂ ਨੇ ਕੀਤਾ ਸੀਗਾ ਵੀ ਅਸੀਂ ਕੈਪਿੰਗ ਕਰ ਰਹੇ ਹਾਂ ਪ੍ਰਾਈਸ ਦੀ, ਉਹ ਕੈਪਿੰਗ ਹੁਣ ਹੈ ਨਹੀਂ।
ਕੈਪਿੰਗ ਸੀ ਦੀ ਸਿਲੰਡਰਸ ਉੱਤੇ ਚਾਹੇ ਉਹ ਕਰੋਨਾ ਦੇ ਇੰਜੈਕਸ਼ਨ ਆ ਵੀ ਇਹ ਤੋਂ ਮਹਿੰਗਾ ਕੋਈ ਵੇਚ ਨਹੀਂ ਸਕਦਾ ਉਹ ਹੈਗੀ ਹੈ ਕੈਪਿੰਗ ਹਾਂਜੀ ਤੇ ਬਾਈ ਜੀ ਇਹ किराए ते लै लवांगे कोई मुद्दा नहीं मुद्दा होर लोग साडे आंढ गुआंढ च लोग रहिंदे आ ते कोई साडे इत्थे किसे दी भाजी डेथ पता किद्दां होगी ओह कहिंदे फोर्टिस च असीं जाण जोगे नहीं फोर्टिस दे विच ते बिल 5 लाख रुपये दा आ जांदा जिहड़ी ऑक्सीजन अज तक फ्री रहिंदे रहे ओहदा बिल इन्ना बन रहा फिर प्राइवेट लैण जांदे आ ते सिलंडर बहुत महंगा मैं कहा फिर सरकार ने कोई कैपिंग कीती होणी असीं इन्हां नूं टैक्स दिंदे आ वोटां पाउंदे आ किसे तरीके तां हुण माड़े टाइम च हैल्प करूगी गवर्नमेंट ते तुसी देख लो भी इत्थों तक हालात ने भी एक सिर्फ जिहड़ा अमीर बंदा ओह सिलंडर खरीदण दी योग्यता रख रहा ना तां मिडल क्लास खरीद सकदी है जिहदी कमाई 30-35 हज़ार आ ਉਹ ਭਾਜੀ 35 ਹਜ਼ਾਰ ਦਾ ਸਿਲੰਡਰ ਕਿਵੇਂ ਖਰੀਦ ਲੂਗਾ ਤੇ ਨਾ ਭਾਜੀ ਸਰਕਾਰ ਕਿਸੇ ਤਰੀਕੇ ਕੋਈ ਕੈਪਿੰਗ ਕਰ ਰਹੀ ਹੈ ਨਾ ਇਹ ਆ ਵੀ ਦੇਖੋ ਇੱਕ ਜਿਵੇਂ 69 ਚ ਖੁੱਲਿਆ ਨਾ ਉਹ ਫ੍ਰੀ ਦੇ ਵਿੱਚ ਸਾਰਾ ਕੁਛ ਆਕਸੀਜਨ ਵਗੈਰਾ ਦੇ ਰਹੇ ਆ ਚਲੋ ਉਹਨਾਂ ਦੀ ਸ਼ਰਧਾ ਸੰਗਤ ਨੇ ਵਿੱਚੋਂ ਆਪਣੀ ਯੋਗਦਾਨ ਪਾਇਆ ਹੋਣਾ ਤੇ ਪਰ ਮੈਂ ਇਹ ਕਹਿੰਦੀ ਹਾਂ ਵੀ ਜਿੰਨੇ ਵੀ ਫਾਰਮਾਸਿਸਟ ਵੀਰ ਨੇ ਮੈਂ ਬੇਨਤੀ ਕਰਦੀ ਹਾਂ ਤੁਹਾਨੂੰ ਸਭ ਨੂੰ ਵੀ ਆਪਾਂ ਇਹ ਇੱਕ ਜਾਨ ਬਚਾਉਣ ਦੀ ਟਾਈਮ ਹੈ ਕੋਈ ਕਾਰ ਨਹੀਂ ਆ ਵੀ ਜੇ ਘੱਟ ਗਈ ਤਾਂ ਸ਼ਾਰਟੇਜ ਪੈ ਗਈ ਤੇ ਕਾਰ ਦਾ ਰੇਟ ਵਧਾਤਾ ਹਨਾ ਉਹਦੇ ਬਿਨਾਂ ਜਾਨ ਨਹੀਂ ਜਾਂਦੀ ਵੀ ਇਹ ਇੱਕ ਦਵਾਈ ਆ ਬਈ ਜੀ ਜੇ ਸ਼ਾਰਟੇਜ ਆ ਰਹੀ ਆਕਸੀਜਨ ਘੱਟ ਮਿਲ ਰਹੀ ਆ ਤਾਂ ਆਪਾਂ ਰੇਟ ਨਾ ਵਧਾਈਏ ਜਿਹੜੀ ਦਵਾ ਹੁੰਦੀ ਆ ਬਈ ਜੀ ਬਹੁਤ ਵੱਡੀ ਚੀਜ਼ ਆ ਕਿਸੇ ਦੀ ਜਾਨ ਬਚਾ ਲੈਣੀ ਕਿਉਂਕਿ ਸੇਵਾ ਇਤੋਂ ਵੱਡੀ ਤੁਸੀਂ ਸੇਵਾ ਮਨੁੱਖਤਾ ਦੀ ਕੀ ਕਰ ਸਕਦੇ ਆ ਹਨਾ ਪਰ ਅਸੀਂ ਇੰਨੇ ਕੁ ਸਮਾਜ ਦੇ ਵਿੱਚ ਵੇਖ ਕੇ ਇੰਨੇ ਟੋਰਚਰ ਹੋ ਰਹੇ ਜਿੰਨੀ ਬਲੈਕ ਮਾਰਕੀਟਿੰਗ ਇਸ ਟਾਈਮ ਸਿਲੰਡਰ ਦੀ ਚੱਲਦੀ ਪਈ ਆ ਵੀ ਬੰਦਾ ਇੱਕ ਮਰ ਰਿਹਾ ਤੁਸੀਂ ਇਹ ਦੇਖ ਕੇ ਦਿਓਗੇ ਜਿਹੜਾ ਮਹਿੰਗਾ ਖਰੀਦੂਗਾ ਉਹਨੂੰ ਕੀ ਦੇਖੋਗੇ ਵੀ ਜਿਹਦੀ ਜਾਨ ਜਾਂਦੀ ਆ ਉਹਨੂੰ ਅਸੀਂ ਬਚਾਉਣਾ ਸੋ ਮੈਂ ਮੇਰੀ ਤੁਹਾਡੇ ਅੱਗੇ ਸਿਰਫ ਇੱਕ ਰਿਕੁਐਸਟ ਆ ਕਿ ਕੋਸ਼ਿਸ਼ ਕਰੋ ਉੱਥੋਂ ਅਵੇਲੇਬਲ ਸਿਲੰਡਰਸ ਕਰੋ ਜਿੱਥੋਂ ਤੁਹਾਨੂੰ ਘੱਟ ਤੋਂ ਘੱਟ ਪ੍ਰਾਈਸ ਤੇ ਮਿਲਦੇ ਆ ਤੇ ਘੱਟ ਤੋਂ ਘੱਟ ਬੈਨੀਫਿਟ ਕੱਢ ਕੇ ਉਹਨੂੰ ਵੇਚੋ ਹਾਂਜੀ ਹਾਂਜੀ ਠੀਕ ਹੈ ਭਾਜੀ ਸੋਹਣੇ ਵਿਚਾਰ ਆ ਕੋਆਪਰੇਸ਼ਨ ਬਹੁਤ ਵੱਡੀ ਚੀਜ਼ ਹੁੰਦੀ ਹੈ ਸਰਕਾਰ ਨੂੰ ਵੀ ਟੈਕਸ ਟੁਕਸ ਸਰਕਾਰ ਟੈਕਸ ਲਾ ਰਹੀ ਹੈ ਤੇ ਸ਼ਰਮ ਵਾਲੀ ਗੱਲ ਆ ਲੋਕਾਂ ਦੀ ਜਾਨ ਨੂੰ ਤੇ ਟੈਕਸ ਲਾ ਰਹੀ ਹੈ ਸ਼ਰਮ ਵਾਲੀ ਕੰਮ ਹੈ ਜੀ ਉਹ ਤਾਂ ਸਮਝ ਨਹੀਂ ਆਉਂਦੀ ਸਰਕਾਰ ਚਾਹੁੰਦੀ ਕੀ ਹੈ ਕਿ ਤੁਸੀਂ ਆਕਸੀਜਨ ਤੇ ਵੀ ਟੈਕਸ ਲਾਇਆ ਹੋਇਆ ਸਿਲੰਡਰ ਤੇ ਵੀ ਟੈਕਸ ਲਾਇਆ ਬੱਚ ਕਰੂਗਾ ਜੀ ਉਹ ਥੋੜਾ ਨਹੀਂ ਹੈ ਜੀ 18% ਬਹੁਤ ਵੱਡਾ ਟੈਕਸ ਹੁੰਦਾ ਬਹੁਤ ਵੱਡਾ ਭਾਜੀ ਬਹੁਤ ਵੱਡਾ 18 ਰੁਪਏ ਦੀ ਆਈਟਮ ਲੈਣੀ ਹੈ 20 ਰੁਪਏ ਸਰਕਾਰ ਨੇ ਲੈਣੇ ਆ ਭਾਜੀ ਆਮ ਪਬਲਿਕ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਉਹ ਤਾਂ ਭੋਲੇ ਆ ਸਾਰੇ ਨਹੀਂ ਨਹੀਂ ਸਭ ਪਤਾ ਹੈ ਲੋਕੀ ਪਾਗਲ ਨੇ ਅਨਪੜ੍ਹ ਨੇ ਕਿਉਂਕਿ ਪਤਾ ਸਾਰਾ ਕੁਝ ਹੁੰਦਾ ਜਦੋਂ ਅਸੀਂ ਬਾਜ਼ਾਰ ਜਾਂਦੇ ਉੱਤੇ ਲਿਖਿਆ ਨਹੀਂ ਖੜਾ ਅਖਬਾਰਾਂ ਪੜ੍ਹਦੇ ਨਹੀਂ ਹੈਗੇ ਭਾਜੀ ਕਿਤ ਪਿੰਡ ਵਾਲਿਆਂ ਨੂੰ ਕਿੱਥੇ ਪਤਾ ਜੀ ਵਿਚਾਰਿਆਂ ਨੂੰ ਨੌਜਵਾਨ ਜਿਹੜੇ ਮੁੰਡੇ ਅੱਜ ਕੱਲ ਪੜ੍ਹ ਲਿਖ ਗਏ ਅਸੀਂ ਅਸਲ ਚ ਉਹ ਭੋਲੇ ਲੋਕ ਆ ਜਿਹੜੇ ਡੀਜ਼ਲ ਜੇ 12 ਤੋਂ 13 ਰੁਪਏ ਹੋ ਜਾਵੇ ਅਸੀਂ 1 ਰੁਪਏ ਦੇਣ ਤੋਂ ਗਰੇਜ ਨਹੀਂ ਕਰਦੇ ਹਨਾ ਲੱਗਦਾ ਚੱਲ ਕੋਈ ਨੀ 13 ਪਰ ਉਹ ਕਿੰਨਾ ਪੈਸਾ ਇਕੱਠਾ ਕਰ ਰਹੇ ਆ ਮੁੜ ਕੇ ਹੁਣ ਦੇਖੋ ਵੀ ਬੰਦਿਆਂ ਕਿਤੇ ਮੈਡੀਕਲ ਚੀਜ਼ਾਂ ਨੂੰ ਫ੍ਰੀ ਵੰਡਣ ਦੀ ਬਜਾਏ ਇਹ 18-18% ਤੁਹਾਡਾ ਕਹਿਣਾ ਵੀ ਟੈਕਸ ਲਾ ਰਹੇ ਆ ਬਈ ਜੀ ਮੈਂ ਮਹੀਨੇ ਦੀ ਖਬਰ ਆਈ ਕਿ ਵੀ ਅਪ੍ਰੈਲ ਦੇ ਵਿੱਚ GST ਦੀ ਬੜੋਤਰੀ ਹੋ ਗਈ ਬਿਜ਼ਨਸ ਬੰਦ ਰਿਹਾ ਪੂਰੇ ਦੇਸ਼ ਦੇ ਵਿੱਚ ਹਨਾ ਤੁਸੀਂ ਲੋਕਡਾਊਨ ਲਾਇਆ ਹੋਇਆ ਫਿਰ ਵੀ ਤੁਹਾਡਾ GST ਵਧਿਆ ਕਾਰਨ ਕੀ ਸੀ ਰੇਟ ਵੱਧ ਗਿਆ ਨਹੀਂ ਰੇਟ ਤੇ ਉਹੀ GST ਕਰਕੇ ਦੇਖੋ ਮੁੜ ਕੇ ਜਿਹੜਾ ਭਾਰ ਪੈਣਾ ਇਹ ਇਹਨਾਂ ਨੇ ਜਦੋਂ ਕਿਸੇ ਚੀਜ਼ ਦਾ ਟੈਕਸ ਵਧਾਉਣਾ ਮੁੜ ਕੇ ਭਾਰ ਤਾਂ ਲੋਕਾਂ ਦੇ ਪੈਣਾ ਨਾ ਸਾਰਾ ਵਧਾਤਾ ਨਾ ਉਹੀ ਤਾਂ ਕਹਿੰਦਾ ਜਿਹੜੀ ਚੀਜ਼ ਦਾ ਮੁੱਲ 10,000 ਰੁਪਇਆ ਸੀ ਜੇ ਉਹ ਬਾਜ਼ਾਰ ਦੇ ਵਿੱਚ 16,000 ਨੂੰ ਵਿਕੀ ਤੇ ਸਰਕਾਰ ਨੂੰ ਤਾਂ 6,000 ਦਾ ਵੀ ਟੈਕਸ ਨਾਲ ਚਲ ਗਿਆ ਦੇਖੋ ਹੁਣ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਇੱਕ ਆਕਸੀਜਨ 47 ਲੀਟਰ ਵਾਲਾ 20,000 ਦਾ ਪੈ ਰਿਹਾ ਇਹ ਕੋਈ ਲੌਜਿਕ ਆ ਜਾਂ ਇਹ ਕੋਈ ਤਰੀਕਾ ਵੀ ਜਿੱਥੋਂ ਵੀ ਜਿੰਨਾ ਦੇ ਵੀ ਆ ਰਿਹਾ ਸਰਕਾਰੀ ਖਾਤਿਆਂ ਵਾਲੇ ਨੂੰ ਕੋਟ ਕਰਦੇ ਹੁੰਦੇ ਸੀ 65 ਰੁਪਿਆ 68 ਰੁਪਿਆ ਪਲੱਸ GST ਕੱਲ ਮੈਨੂੰ ਰੇਟ ਕੋਟ ਕੀਤਾ 92 ਰੁਪਿਆ ਪਲੱਸ GST
देखो भाजी असि तुहाडी भी मजबूरी देखो मजबूरिया मजबूरिया भाजी कितना ना कितने सरकार ने सारिया दी बनातिया आपां इन्हां मजबूरियां तो उपर उठ के काम करना भाजी मेरी आइडेंटिटी दसनी जरूरी है अपनी मैं अनमोल गगनमान गल कर रही हूं ते हां जी सो मैनू कुछ सैटिस्फैक्शन आई है तुहाडे नाल गल करके मैं सिर्फ ये बेनती कर दी हां वी अपने वालों कोशिश करो उत्थों सिलेंडर लियाउण दी जित्थों तुहानूं घट्ट तों घट्ट कीमत ते मिले तुसीं घट्ट तों घट्ट मुनाफे च वेच सकोगे सो असीं कितें ना कितें जिहड़ी ब्लैक मार्केटिंग चल रही आ कोशिश कर रहे हां नख पाउण दी पर इह वी आ वी कोई बेकसूर दे उत्ते कोई गल ना आवे हैना असि इस चीज की पूरी जांच पड़ताल कर रहे हैं भी किसी बेकसूर उत्ते गल ना आवे वह चंगा नहीं लगता सो जिन्हें भी पंजाब दे फार्मासिस्ट आ सारे नूं असीं बेनती करते हैं भी चंगे तरीके नाल इस तरीके नाल लोकां दे सहयोग करन क्योंकि दवावां मिलदियां ते उहदे च बरकत बहुत है हां कर लियो भाई जी एनी टाइम तुहानूं कोई इनफॉरमेशन सहयोग की जरूरत होवे एनी टाइम प्लीज लैट मी नो ओके भाजी थैंक